ਬਟਾਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਵਿੱਚ ਅਸ਼ਟਮੀ ਦੇ ਮੌਕੇ ਸਵੇਰ ਤੋਂ ਹਜ਼ਾਰਾਂ ਸ਼ਰਧਾਲੂ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋ ਰਹੇ ਨੇ। ਮੈਂ ਬਟਾਲਾ ਦੇ ਸ਼੍ਰੀ ਕਾਲੀ ਮਾਤਾ ਮੰਦਿਰ 'ਚ ਮੌਜੂਦ ਹਾਂ, ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਦਰੇਡੇ ਤੋਂ ਜਿਹੜੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਆ ਰਹੇ ਨੇ। ਖਾਸ ਤੌਰ 'ਤੇ ਗੱਲ ਇਹ ਹੈ ਕਿ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਮਾਤਾ ਦੇ ਦਰਬਾਰ ਦੇ ਵਿੱਚ ਹਾਜ਼ਰੀ ਲਗਾਉਣ ਦੇ ਲਈ ਆ ਰਹੇ ਨੇ। ਇਸ ਮੰਦਿਰ ਦੀ ਖਾਸੀਅਤ ਇਹ ਹੈ ਕਿ ਇੱਕ ਕੋਲਕਾਤਾ ਦੇ ਵਿੱਚ ਸ਼੍ਰੀ ਕਾਲੀ ਮਾਤਾ ਦਾ ਮੰਦਿਰ ਹੈ ਤੇ ਦੂਜਾ ਪਟਿਆਲਾ ਦੇ ਵਿੱਚ, ਜਿੱਥੇ ਕਿ ਸੈਂਕੜੇ ਸਾਲ ਤੋਂ ਜਦੋਂ ਤੇ ਮੰਦਿਰ ਬਣਿਆ ਪਟਿਆਲਾ ਰਿਆਸਤ ਦੇ ਮਹਾਰਾਜਾ ਦੇ ਵੱਲੋਂ, ਉਦੋਂ ਤੋਂ ਮਾਤਾ ਦੀ ਅਖੰਡ ਜੋਤੀ ਇੱਥੇ ਪ੍ਰਜਵਲਿਤ ਹੈ। ਦੂਜੀ ਗੱਲ ਇਹ ਹੈ ਕਿ ਹਰ ਸ਼ਨੀਵਾਰ ਨੂੰ ਮਾਤਾ ਦੇ ਦਰਬਾਰ ਵਿੱਚ ਹਜ਼ਾਰਾਂ ਸ਼ਰਧਾਲੂ ਸਿਰਫ ਪੰਜਾਬ ਨਹੀਂ, ਹਰਿਆਣਾ, ਦਿੱਲੀ, ਹਿਮਾਚਲ, ਚੰਡੀਗੜ੍ਹ ਤੋਂ ਵੀ ਆਉਂਦੇ ਨੇ। ਹੁਣ ਨਵਰਾਤਰਿਆਂ ਦੇ ਮੌਕੇ ਵਿਦੇਸ਼ਾਂ ਤੋਂ ਵੀ ਲੋਕ ਨੇ ਜਿਹੜੇ ਮਾਤਾ ਦੇ ਦਰਬਾਰ 'ਚ ਹਾਜ਼ਰੀ ਭਰਨ ਦੇ ਲਈ ਆਉਂਦੇ ਨੇ। ਮੇਰੇ ਨਾਲ ਪਟਿਆਲਾ ਦੇ ਕਈ ਸ਼ਹਿਰੀ ਮੌਜੂਦ ਨੇ, ਸੰਦੀਪ ਬੰਧੂ ਨੇ ਜਿਹੜੇ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਵੀ ਰਹੇ ਨੇ, ਉਹਨਾਂ ਨਾਲ ਪਹਿਲਾਂ ਗੱਲ ਕਰ ਲੈਂਦੇ ਹਾਂ। ਸੰਦੀਪ ਜੀ, ਕਿੰਨੀ ਕੁ ਸ਼ਰਧਾ ਲੋਕਾਂ ਦੀ? ਅਥਾਹ ਸ਼ਰਧਾ ਜੀ। ਸਭ ਤੋਂ ਪਹਿਲਾਂ ਤਾਂ ਸਾਡੇ ਪੰਜਾਬ ਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਦੁਰਗਾ ਮਹਾਅਸ਼ਟਮੀ ਦੀਆਂ। ਮਾਤਾ ਰਾਣੀ ਸਭ ਨੂੰ ਆਪਣਾ ਪਿਆਰ ਦੇ, ਤੰਦਰੁਸਤੀਆਂ ਦੇ, ਚੜ੍ਹਦੀ ਕਲਾ ਦੇ, ਆਪਣਾ ਆਸ਼ੀਸ਼ ਔਰ ਆਸ਼ੀਰਵਾਦ ਦੇ, ਔਰ ਬਹੁਤ ਬਹੁਤ ਸਭ ਨੂੰ ਵਧਾਈਆਂ। ਮਾਤਾ ਰਾਣੀ ਦਾ ਦਰਬਾਰ 'ਚ ਇੰਨੀ ਕੁ ਇੱਥੇ ਮਾਤਾ ਰਾਣੀ ਦੀ ਕਿਰਪਾ ਬਰਸ ਰਹੀ ਹੈ ਕਿ ਹਜ਼ਾਰਾਂ, ਲੱਖਾਂ, ਕਰੋੜਾਂ, ਅਰਬਾਂ ਬੰਦਿਆਂ ਦੀ ਝੋਲੀਆਂ ਭਰ ਕੇ ਜਾਂਦੀ ਹੈ। ਲੋਕ ਰੋਂਦੇ ਆਉਂਦੇ ਨੇ ਮਾਂ ਦੇ ਦਰਬਾਰ ਤੋਂ, ਹੱਸਦੇ ਜਾਂਦੇ ਨੇ। ਮੈਂ ਵੀ ਇਤਿਹਾਸਿਕ ਮਹੱਤਤਾ ਕਿੰਨੀ ਕੁ, ਮਹਾਰਾਜਾ ਪਟਿਆਲਾ ਨੇ ਮੰਦਿਰ ਬਣਾਇਆ ਸੀ। ਦੇਖੋ, ਮਹਾਰਾਜਾ ਪਟਿਆਲਾ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੇ ਮੰਦਿਰ ਦੀ ਸਥਾਪਨਾ ਕੀਤੀ ਸੀ। ਸਭ ਤੋਂ ਪਹਿਲਾਂ ਮਾਂ ਗੌਰੀ ਦਾ ਮੰਦਿਰ ਜਿਹੜਾ ਬਣਿਆ ਸੀ, ਜਿਹੜਾ ਪਿਛਲੇ ਪਾਸੇ ਆ, ਉਸ ਤੋਂ ਬਾਅਦ ਮਾਂ ਕਾਲੀ ਬਿਰਾਜਮਾਨ ਹੋਏ ਕੋਲਕਾਤਾ ਤੋਂ। ਜਦ ਕੋਲਕਾਤਾ ਗਏ ਮਹਾਰਾਜਾ ਪਟਿਆਲਾ, ਤਾਂ ਉੱਥੇ ਇੱਕ ਮਾਂ ਦਾ ਦਰਬਾਰ ਇੱਕੋ ਹੀ ਆ, ਸੰਸਾਰ 'ਚ ਦੋ ਹੀ ਹੈ, ਪਹਿਲਾਂ ਕੋਲਕਾਤਾ ਸੀ, ਫਿਰ ਮਾਂ ਦੀ ਮੂਰਤ ਲਿਆ ਕੇ ਉਰੇ ਬਿਰਾਜਮਾਨ ਕੀਤੀ ਗਈ। ਤਾਂ ਪਟਿਆਲੇ ਦੀ ਇਸ ਪਾਵਨ ਧਰਾ ਨੂੰ ਇਹ ਵਰਦਾਨ ਪ੍ਰਾਪਤ ਹੈ ਕਿ ਮਾਂ ਕਾਲੀ ਇੱਥੇ ਸਾਕਸ਼ਾਤ ਬਿਰਾਜਮਾਨ ਹੈ, ਔਰ ਸਾਡੇ ਪੰਜਾਬੀਆਂ ਦੀ, ਖਾਸ ਤੌਰ 'ਤੇ ਪਟਿਆਲੀਆਂ ਦੀ ਝੋਲੀ ਬਹੁਤ ਆਪਣੇ ਆਸ਼ੀਰਵਾਦ ਨਾਲ ਭਰ ਰਹੇ ਨੇ। ਔਰ ਬੜੀ ਖੁਸ਼ੀ ਹੁੰਦੀ ਹੈ ਕਿ ਡੇਢ ਸਾਲ ਮੈਂ ਵੀ ਇੱਥੇ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਦੇ ਤੌਰ 'ਤੇ ਕੰਮ ਕੀਤਾ, ਮਾਂ ਦੇ ਚਰਨਾਂ ਦੀ ਸੇਵਾ ਕੀਤੀ ਹੈ। ਅੱਜ ਤਾਂ ਮਾਂ ਦੇ ਚਰਨਾਂ ਦੀ ਧੂਲ ਵੀ ਨਹੀਂ ਹੈ, ਲੇਕਿਨ ਜੋ ਕੰਮ ਅਸੀਂ ਸ਼ੁਰੂ ਕੀਤੇ ਉਹ ਤਕਰੀਬਨ ਉਸੇ ਤਰ੍ਹਾਂ ਜਾਰੀ ਹੈ। ਕੁਝ ਖਾਮੀਆਂ ਹੁੰਦੀਆਂ ਕੰਮ ਕਰਨ ਵੇਲੇ, ਉਹ ਦੂਰ ਕਰਾਂਗੇ, ਲੇਕਿਨ ਅੱਜ ਇਸ ਪਾਵਨ ਦੇ ਦਿਨ, ਇਸ ਪਵਿੱਤਰ ਦਿਹਾੜੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਨੂੰ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗਾ ਕਿ ਜਿਹੜਾ ਇੱਥੇ ਐਡਵਾਈਜ਼ਰੀ ਮੈਨੇਜਿੰਗ ਕਮੇਟੀ ਕੰਮ ਕਰਦੀ ਹੈ, ਮੰਦਿਰ ਦੇ ਪ੍ਰਬੰਧਕ ਦੇਖਦੀ ਹੈ, ਉਹਨੂੰ ਖਤਮ ਕੀਤਾ ਜਾਏ, ਉਸ ਕਮੇਟੀ ਨੂੰ ਖਤਮ ਕਰਕੇ ਉਸ ਦੀ ਜਗ੍ਹਾ ਦੇ ਉੱਤੇ ਸ਼ਰਾਈਨ ਬੋਰਡ ਬਣਾਇਆ ਜਾਏ। ਜਿਸ ਤਰ੍ਹਾਂ ਮਾਂ ਵੈਸ਼ਨੋ ਦੇਵੀ ਦੇ ਦਰਬਾਰ 'ਚ ਸ਼ਰਾਈਨ ਬੋਰਡ ਬਣਿਆ ਹੋਇਆ ਹੈ, ਮਾਂ ਮਨਸਾ ਦੇਵੀ ਦੇ ਦਰਬਾਰ 'ਚ ਸ਼ਰਾਈਨ ਬੋਰਡ ਬਣਿਆ ਹੋਇਆ ਹੈ, ਤਾਂ ਪਟਿਆਲੇ ਸ਼੍ਰੀ ਕਾਲੀ ਮਾਤਾ ਮੰਦਿਰ ਨੂੰ ਸ਼ਰਾਈਨ ਬੋਰਡ 'ਚ ਬਣਾਇਆ ਜਾਏ, ਤਾਂ ਕਿ ਮੰਦਿਰ ਦਾ ਡਿਵੈਲਪਮੈਂਟ ਹੋ ਸਕੇ, ਵਿਕਾਸ ਹੋ ਸਕੇ ਇਸ ਇਤਿਹਾਸਿਕ ਮੰਦਿਰ ਦੀ ਜਿਹੜੀ ਮਹੱਤਤਾ ਹੋਰ ਵੱਧ ਸਕੇ, ਕਰੋੜਾਂ ਸ਼ਰਧਾਲੂ ਮਾਂ ਦੇ ਦਰਬਾਰ 'ਚ ਆਉਂਦੇ ਨੇ, ਉਹਨਾਂ ਨੂੰ ਹੋਰ ਸੁਵਿਧਾਵਾਂ ਮਿਲ ਸਕਣ। ਸੰਦੀਪ ਬੰਧੂ ਨੇ ਕਹਿੰਦੇ ਜੀ ਸ਼ਰਧਾਲੂ ਬਹੁਤ ਜ਼ਿਆਦਾ ਆਉਂਦੇ ਨੇ, ਸੁਵਿਧਾਵਾਂ ਹੋਰ ਮਿਲਣੀਆਂ ਚਾਹੀਦੀਆਂ ਨੇ। ਇੱਕ ਹੋਰ ਸ਼ਰਧਾਲੂ ਨੇ, ਸ਼ਹਿਰੀ ਨੇ ਅਮਿਤ ਜੀ, ਕਿੰਨੀ ਕੁ ਸ਼ਰਧਾ ਸੁਣਿਆ ਤੁਸੀਂ ਬਚਪਨ ਤੋਂ ਆਪਣੇ ਪੇਰੈਂਟਸ ਨਾਲ ਇੱਥੇ ਆਉਂਦੇ ਰਹੇ ਹੋ? ਜੀ ਬਿਲਕੁਲ, ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਸਾਰਿਆਂ ਨੂੰ ਹੀ ਨਵਰਾਤਰਿਆਂ ਦੀ ਸ਼ੁਭਕਾਮਨਾਵਾਂ ਦਿੰਦਾ, ਔਰ ਬੇਨਤੀ ਵੀ ਕਰਦਾ ਮਹਾਮਾਈ ਨੂੰ, ਅਰਦਾਸ ਕਰਦਾ ਕਿ ਸਭ ਦੇ ਉੱਪਰ ਮਹਾਮਾਈ ਦੀ ਕਿਰਪਾ ਉਸੇ ਤਰ੍ਹਾਂ ਬਣੀ ਰਹੇ ਜਿਸ ਤਰੀਕੇ ਨਾਲ ਲੋਕਾਂ ਦਾ ਵਿਸ਼ਵਾਸ ਇਸ ਪਾਵਨ ਤੀਰਥ 'ਤੇ ਬਣਿਆ ਹੋਇਆ ਹੈ। ਔਰ ਮੈਂ ਗੱਲ ਕਰਾਂਗਾ, ਜਿਵੇਂ ਤੁਸੀਂ ਵੀ ਮੇਰੇ ਨਾਲ, ਮੈਂ ਆਪਣੇ ਪਰਿਵਾਰ ਨਾਲ, ਆਪਣੇ ਫਾਦਰ ਸਾਹਿਬ ਨਾਲ ਬੜੇ ਛੋਟੇ ਹੁੰਦੇ ਤੋਂ ਆ ਰਿਹਾ ਹੈਗਾ, ਔਰ ਅੱਜ ਇਹੀ ਪ੍ਰਥਾ ਮੈਂ ਆਪਣੇ ਪਰਿਵਾਰ ਨੂੰ ਦੇ ਰਿਹਾ ਹੈਗਾ, ਮੇਰੇ ਬੱਚਿਆਂ ਨੂੰ ਦੇ ਰਿਹਾ, ਉਹ ਵੀ ਮੇਰੇ ਨਾਲ ਅੱਜ ਆਏ ਹੈਗੇ ਨੇ ਔਰ ਮਾਤਾ ਰਾਣੀ ਦੇ ਦਰਸ਼ਨ ਕਰ ਰਹੇ ਨੇ। ਸ਼ਰਧਾ ਬਹੁਤ ਹੈ, ਬਹੁਤ ਮਹੱਤਤਾ ਹੈ ਮਾਤਾ ਦੀ। ਜੀ ਬਿਲਕੁਲ, ਮਹਾਮਾਈ 'ਤੇ ਇੰਨੀ ਸ਼ਰਧਾ ਹੈਗੀ ਹੈ ਕਿ ਜੋ ਇੱਥੋਂ ਮੰਗਿਆ ਹੈਗਾ ਉਹ ਮੇਰਾ ਵੀ ਪੂਰਾ ਹੋਇਆ, ਔਰ ਜਿੰਨੇ ਲੋਕ ਇੱਥੇ ਆਉਂਦੇ ਨੇ ਉਰੇ ਸਭ ਦੀਆਂ ਸ਼ਰਧਾਵਾਂ ਜਿਹੜੀਆਂ ਹੈਗੀਆਂ ਨੇ ਉਹ ਸੰਪੂਰਨ ਹੁੰਦੀਆਂ ਹੈਗੀਆਂ ਨੇ। ਸਰ, ਮਾਤਾ ਦੇ ਦਰਬਾਰ ਦੇ ਵਿੱਚ ਜਿਹੜੀ ਮੰਨਤ ਮੰਗੀ ਜਾਂਦੀ ਹੈ ਉਹ ਕਹਿੰਦੇ ਜੀ ਪੂਰੀ ਹੁੰਦੀ ਹੈ, ਇਕੱਲੇ ਅਸੀਂ ਨਹੀਂ ਹੈਗੇ, ਹਜ਼ਾਰਾਂ ਲੱਖਾਂ ਸ਼ਰਧਾਲੂ ਨੇ ਜਿਹੜੇ ਮਾਤਾ ਦੇ ਦਰਬਾਰ ਵਿੱਚ ਆਉਂਦੇ ਨੇ, ਮੁਰਾਦਾਂ ਮੰਗਦੇ ਨੇ, ਅਤੇ ਮਾਤਾ ਉਹਨਾਂ ਦੀ ਜਿਹੜੀ ਸੱਚੇ ਮਨ ਨਾਲ ਮੁਰਾਦ ਮੰਗੀ ਹੈ ਉਹਨੂੰ ਪੂਰਾ ਜ਼ਰੂਰ ਕਰਦੀ ਹੈ।